ਸਰਕਾਰ ਦੀ ਸਖ਼ਤ ਕਾਰਵਾਈ ਦੇ ਬਾਵਜੂਦ ਆਏ ਦਿਨ ਰਿਸ਼ਵਤ ਲੈਣ ਦੇ ਮਾਮਲੇ ਵੱਧਦੇ ਹੀ ਜਾ ਰਹੇ ਨੇ। ਅਜਿਹੇ ਮਾਮਲੇ 'ਚ ਵਿਜੀਲੈਂਸ ਵਿਭਾਗ ਰੋਪੜ ਨੇ ਵੀ ਪੰਜਾਬ ਮੰਡੀ ਬੋਰਡ ਦੇ ਇੱਕ ਕਲਰਕ ਨੂੰ 6,000 ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਕਣਕ ਮੰਡੀ ਰੋਪੜ ਵਿੱਚ ਆੜਤੀ ਦਾ ਕੰਮ ਕਰਦੇ ਅੰਕੁਸ਼ ਕੱਕੜ ਨਾਂ ਦੇ ਵਿਅਕਤੀ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਸੈਕਟਰੀ ਵੱਲੋਂ 10,000 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ, ਜਿਸ 'ਤੇ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਵਿਭਾਗ ਦੇ ਕਲਰਕ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਅਨਾਜ ਮੰਡੀ ਰੂਪਨਗਰ ਉਹਨਾਂ ਦੇ ਰਜਿਸਟਰ ਇਹ ਚੈਕਿੰਗ ਵਾਸਤੇ ਲੈ ਕੇ ਚੁੱਕੇ ਅਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਜਿਹੜਾ ਹਰਜ਼ਾਨਾ ਪਾ ਦੇਣਾ ਜ਼ਿਆਦਾ। ਉਹਨਾਂ ਨੇ ਗੱਲਬਾਤ ਕੀਤੀ ਅਤੇ ਉਹਨਾਂ ਤੋਂ ਫਿਰ ਇਹਨਾਂ ਨੇ ਰਿਸ਼ਵਤ ਮੰਗੀ 10,000 ਰੁਪਇਆ। ਬਾਅਦ 8,000 ਸੌਦਾ ਹੋ ਗਿਆ, 2,000 ਰੁਪਇਆ ਦੇ ਚੁੱਕੇ ਪਰਸੋਂ ਅਤੇ 6,000 ਰੁਪਇਆ ਅੱਜ ਦਿੱਤਾ। 6,000 ਰੁਪਇਆ ਅਸੀਂ ਇਹਨਾਂ ਨੂੰ ਰੰਗੇ ਹੱਥੀਂ ਲੈਂਦਿਆਂ ਨੂੰ ਫੜਿਆ। For all updated news, please subscribe Ava News and ring the bell.